समुची यूनिवर्सिटी नूं ते शहर नूं तुसीं इक छौणी विच तब्दील करके रख दिते। उस महाड्रामे वास्ते तुसीं 8 SSP 4 DIG 2 सर्विंग DG लगा दिते गए। समुचा पंजाब तुहाडे कोल इस गल दा जवाब मंगदा है कि तुसीं वकील क्यों कमजोर कीते सुप्रीम कोर्ट। जो तुसी आज ये ड्रामा रचा रहे हो उहदे विच SYL दा कितने नामो निशान नहीं। जिहड़ा डॉक्टर मनमोहन सिंह दे नां ते ऑडिटोरियम है एग्रीकल्चर यूनिवर्सिटी जिथे तुसी ये महान ड्रामा रचान लगे, 1200 बंदे दे विचों किसे पोलिटिकल जमात नूं कोई एक भी कार्ड अपने साथी नाल जाण दा अंदर कोई कार्ड ही है नहीं। ਜਿਹੜੇ ਪੰਜਾਬ ਦੀ ਕੋਈ ਗੱਲ ਕਰਨ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਕੱਲ੍ਹ ਦੇ ਪੁਲਿਸ ਦੇ ਛਾਪੇ ਸ਼ੁਰੂ ਹੋ ਗਏ। ਪ੍ਰੈਸ ਵਾਲਿਆਂ ਤੇ ਬਕਾਇਦਾ ਤੌਰ ਬਿਆਨ ਹੈ ਕਿ ਅਸੀਂ ਆਪਣੀ KG ਮੀਡੀਆ ਹੀ ਅੰਦਰ ਲੈ ਕੇ ਜਾਵਾਂਗੇ। ਜਿੰਨਾ ਚਿਰ ਭਗਵੰਤ ਮਾਨ ਤੇ ਆਪ ਦੀ ਸਰਕਾਰ ਹੈ ਪੰਜਾਬ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਪੰਜਾਬ ਇਹਦੇ ਹੱਥੇ ਸੁਰੱਖਿਅਤ ਨਹੀਂ, ਸਾਨੂੰ ਇਕੱਠੇ ਹੋ ਕੇ ਰਣਨੀਤੀ ਬਣਾਉਣੀ ਪੈਗੀ। ਹਵਾ ਵਿੱਚ ਅੱਗ ਲਾ ਕੇ ਨੋਟਾਂ ਨੂੰ ਸੁੱਟ ਰਿਹਾ ਪੰਜਾਬ ਦਾ ਮਾਲੀ ਹਾਲਤ ਤੇ ਕੋਈ ਚਰਚਾ ਨਹੀਂ। ਬਰਗਾੜੀ ਬਹਿਬਲ ਕਲਾਂ ਤੇ ਕੋਈ ਚਰਚਾ ਨਹੀਂ। ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਕਿਸਾ ਇਹਦੇ ਤੇ ਕੋਈ ਚਰਚਾ ਨਹੀਂ ਤੇ ਚਰਚਾ ਭਗਵੰਤ ਮਾਨ ਦੀ ਕਿਹੜੇ ਕੰਮ ਤੇ ਰੱਖੀ। ਤੋ ਡਰਾਮਾ ਆਪਣਾ ਬੰਦ ਕਰੋ, ਛੇਤੀ ਹੋਸ਼ 'ਚ ਆਓ, ਨਹੀਂ ਜੇ ਹੋਸ਼ 'ਚ ਨਾ ਆਏ ਤਾਂ ਪੰਜਾਬੀ ਤੁਹਾਨੂੰ ਹੋਸ਼ 'ਚ ਲੈ ਕੇ ਆਉਣਗੇ। ਯਾਰੇ ਪੰਜਾਬ ਵਾਸੀਓ, ਅੱਜ 1 November ਅਤੇ ਅੱਜ ਦਾ ਦਿਨ ਪੰਜਾਬ ਜੀ ਕਰਕੇ ਮਨਾਇਆ ਗਿਆ। 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਸੀ, ਪੰਜਾਬ ਹਰਿਆਣਾ ਅਤੇ ਹਿਮਾਚਲ ਦੀ ਵੰਡ ਹੋਈ ਸੀ, ਸਾਨੂੰ ਇਹ ਹਿੱਸਾ ਜਿਹੜਾ ਪੰਜਾਬ ਨੂੰ ਆਇਆ ਸੀ। ਅੱਜ ਦੇ ਦਿਨ ਇੱਕ ਮਹਾਂ ਡਿਬੇਟ ਜਿਹੜੀ ਉਹ ਜਿਹੜੀ ਮੌਜੂਦਾ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੇ ਅੱਜ ਮਹਾਂ ਡਿਬੇਟ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ 'ਚ ਬੁਲਾਈ। ਮੈਨੂੰ ਬੜਾ ਅਫਸੋਸ ਹੈ ਕਿ ਉਹ ਮਹਾਂ ਡਿਬੇਟ ਜਿਹੜੀ ਹੈ ਇਹ ਡਿਬੇਟ ਨਹੀਂ ਰਹੇਗੀ, ਇੱਕ ਡਰਾਮਾ ਦਾ ਰੂਪ ਅਖਤਿਆਰ ਹੈ। ਸਾਰਿਆਂ ਨੂੰ ਅਨਫੋਰਚੁਨੇਟ ਅਤੇ ਮੈਂ ਸਮਝਣਾ ਬਦਕਿਸਮਤੀ ਦੀ ਗੱਲ ਹੈ, ਹਰਿਆਣੇ ਦੀਆਂ ਸਾਰੀ ਸਿਆਸੀ ਜਮਾਤਾਂ ਇਕੱਠੀਆਂ ਹੋ ਕੇ ਪੰਜਾਬ ਦਾ ਪਾਣੀ ਲਿਜਾਣ ਦੀ ਰਣਨੀਤੀ ਬਣਾ ਰਹੀ। ਦੂਸਰੇ ਪਾਸੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਬਿਲਕੁਲ ਤਾਕਤ ਦੇ ਨਸ਼ੇ ਵਿੱਚ ਚੂਰ ਹਨ, ਉਹ ਸਿਰ ਜੋੜਨ ਦੇ ਬਜਾਏ ਸਿਰ ਤੋੜਨ ਦੇ ਇੱਕ ਮਹਾਂ ਡਰਾਮਾ ਲੁਧਿਆਣੇ ਵਿੱਚ ਸ਼ੁਰੂਆਤ ਕਰ ਰਹੇ। ਜਦੋਂ ਕੱਲ੍ਹ ਸ਼ਾਮ ਲੇਟ ਆਪ ਦੀ ਟੀਮ ਨੇ ਦਿੱਲੀ ਤੋਂ ਟਵੀਟ ਕੀਤਾ ਅਤੇ ਟਵੀਟ ਕਰਕੇ ਕਿਹਾ ਕਿ 4 ਵੱਡੇ ਮੁੱਦਿਆਂ 'ਤੇ ਅਸੀਂ ਜਿਹੜੀ ਬਹਿਸ ਕਰਨੀ ਹੈ, ਮੈਨੂੰ ਬਹੁਤ ਅਫਸੋਸ ਹੋਇਆ ਕਿ ਸਾਰਿਆਂ ਨੂੰ ਪਹਿਲੇ ਮਾਂ ਬੋਲੀ ਪੰਜਾਬੀ ਦੀ ਵਕਾਲਤ ਕਰਨ ਵਾਲੇ ਭਗਵੰਤ ਮਾਨ ਜੀ ਤੁਸੀਂ ਰਾਤ ਸੁੱਤੇ ਸੀ, ਤੁਹਾਡੇ ਸੁੱਤਿਆਂ ਦਿੱਲੀ ਦੇ ਤੁਹਾਡੇ ਆਕਾ ਨੇ, ਉਹਦੀ ਟੀਮ ਨੇ ਜਿਨ੍ਹਾਂ ਨੇ ਸਕ੍ਰਿਪਟ ਲਿਖੀ ਹੈ ਅੱਜ ਦੇ ਸਾਰੇ ਡਰਾਮੇ ਦੀ, ਉਹਨਾਂ ਨੇ ਹਿੰਦੀ ਵਿੱਚ ਟਵੀਟ ਕੀਤਾ। ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਅਤੇ ਹਿੰਦੀ ਵਿੱਚ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਜਿਹੜਾ ਸਾਰਿਆਂ ਨੂੰ ਅੱਜ ਦਾ ਜ਼ਰੂਰੀ ਅਤੇ ਇੰਪੋਰਟੈਂਟ ਇਸ਼ੂ ਹੈ, ਜਿਹੜੀ ਸਾਡੀ ਸ਼ਾਹਰਗ ਹੈ ਸਤਲੁਜ ਯਮੁਨਾ ਲਿੰਕ ਨਾਲ, ਉਹਦਾ ਨਾਂ ਹੀ ਬਹਿਸ ਹੈ ਨਹੀਂ। ਉਸ ਤੋਂ ਬਾਅਦ ਜਿਹਨੂੰ ਗੁਰੂਆਂ ਨੇ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰੂਆਂ ਦਾ ਰੂਪ ਮੰਨਣਾ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਬਰਗਾੜੀ ਅਤੇ ਬਹਿਬਲ ਕਲਾਂ ਜਾਂ ਜਿਹੜਾ ਇੱਕ ਸੈਂਸਿਟਿਵ ਇਸ਼ੂ ਹੈ ਜਿਹਨੇ ਹਰ ਪੰਜਾਬੀ ਦੇ ਦਿਲ ਨੂੰ ਬਹੁਤ ਭਾਰੀ ਤਕਲੀਫ ਪਹੁੰਚਾਈ ਹੈ, ਕਿਉਂਕਿ ਜਿਹਨਾਂ ਲੋਕਾਂ ਨੇ ਇਹ ਸਾਜਿਸ਼ ਰਚਾਈ ਸੀ ਉਹ ਅਜੇ ਵੀ ਬਾਹਰ ਨੇ, ਉਹ ਅੱਜ ਸਬਜੈਕਟ ਡਿਸਕਸ਼ਨ ਦੇ ਵਿੱਚ ਹੀ ਨਹੀਂ ਹੈ। ਕਿਸੇ ਪੰਜਾਬੀ ਦੀ ਨਾ ਜਾਨ ਮਹਿਫੂਜ਼ ਹੈ
ना उसकी जायदाद महफूज है, लॉ एंड ऑर्डर से अज वो सबजैक्ट ही थोड़ी डिस्कशन चली। तुसी जेडे चार सबजैक्ट डिस्कशन में लैके आते हैं, मैं पंजाबी वीर वास्ते वो आपका जोड़ा कल का ट्वीट है हिंदी में वो पढ़ के सुना रहा, 1 नवंबर को होगा बड़ा खुलासा। ये आप वाले की ट्वीट है दिल्ली वाले की। पहला, पंजाब में किसने फैलाया नशा, नंबर 1 सब्जेक्ट होएगा डिस्कशन का। नंबर 2, किसने दी गैंगस्टरों को पनाह, नंबर 2 होएगा। किसने युवाओं को रखा बेरोजगार, तीसरा सब्जेक्ट होएगा। किसने किया पंजाब की जनता के साथ धोखा, ये 4 इश्यूज के उत्ते डिस्कशन होनी है। तो डिस्कशन के जिन्हिया सियासी जमात ने उन्होंने आज के दिन तक तकरीबन 11 बजे चले ने सवेर के, किसी को इनवाइट नहीं। 1200 आदमी जेड़ा डॉक्टर मनमोहन सिंह के नाँ से ऑडिटोरियम है एग्रीकल्चर यूनिवर्सिटी जिथे तुसी ये महान ड्रामा रचान लगे, 1200 बंदे दे विचों किसी पोलीटिकल जमात को कोई एक भी कार्ड अपने साथी ना ले जान दा अंदर कोई कार्ड ही है नहीं। समुची यूनिवर्सिटी नूं ते शहर नूं तुसी एक छावनी विच तब्दील करके रख दिता। उस महाड्रामे वास्ते तुसी 8 SSP, 4 DIG, 2 सर्विंग DG लगा दिते गए। 1200 आदमी तुसी सवेर दा 9 बजे दा हॉल दे विच ऑडिटोरियम च वाड़ दिता। 50-50 पास तुसी हर MLA ते मिनिस्टर नूं दिते ने कि अंदर जाओ, जदों असीं इशारा करांगे तुसी तौड़ियां वजाओगे, जे कोई ऑपोजिशन दा लीडर आ गया ते जदों कहांगे उस दे खिलाफ नारेबाजी करियो, चांगरा मारियो, चीका मारियो, उहनूं बेइज्जत करन दी कोशिश करियो। कोई सब्जेक्ट नहीं दस्या गया, रात लेट रात सब्जेक्ट दसे गए। तो उन्हां सब्जेक्ट्स दे विच साड़ी शाह रंग जिहड़ा साडा पंजाब दा पाणी, एक साडा एग्रीरियन सूबा है, एग्रीकल्चर बेस सूबा है, एक एक तुबका पाणी दा पंजाब नूं चाहिए। ते तुहाडे जिहड़े आका ने, जिहड़े तुहाडे स्क्रिप्ट राइटर्स ने, अरविंद केजरीवाल तो लैके पंजाब दा जिहड़ा तुसीं राज्यसभा दा मैंबर बनाया संदीप पाठक, उन्हें स्क्रिप्ट लिख के कर ली। मैं अज भगवंत मान जी नूं एक बेनती करना, भगवंत जी जिथे ड्रामा रचाना है उत्थे कृपा करके दस्यो कि सुशील गुप्ता जी तुहाडी पार्टी दे MP जिहड़े ने उन्होंने ये गल कही है कि पंजाब दा पानी लैके हरियाणा दी हर टेल एंड तक असीं पहुँचाना, कि तुसीं उस गल नाल सहमत हो। दूसरा मैं पूछना चाहना, समुचा पंजाब पूछ रहा मान साहब, इकल्ला प्रताप सिंह बाजवा नहीं पूछ रहा, समुचा पंजाब तुहाडे को इस गल का जवाब मंगता कि तुसी वकील क्यों कमजोर किए सुप्रीम कोर्ट, ताडे वकीलों की दलील रायपेरियन राइट्स का जिक्र नहीं तुसी कीता, इंटरनेशनल कानून जड़े ने पंजाब के हक के भावें हेलसिंकी दे होण, भावें बर्लिन दे होण, भावें साडे बेसन की गल होए, भावें रायपेरियन राइट्स की गल होए, तुसी अगे नहीं रखी। तुसी ये नहीं दसिया कि जदों वंड हुई सी पंजाब ते हरियाणे दी, 60% जमीन पंजाब नूं मिली सी, 40% जमीन हरियाणे नूं मिली सी, अज हरियाणे दे कोल 12.84 मिलियन एकड़ फीट MAF पानी है, पंजाब दे कोल इस टाइम 12.24% पानी जमीन साडे को वध, हरियाणे को पानी साडे नाल इस गल कारण वध है कि तकरीबन 4 मिलियन एकड़ फीट पानी उन्होंने यमुना दरिया चो मिले। कोई हक नहीं हरियाणे का, एको उन्होंने हक दिता गया कि सक्सेसर स्टेट सी पंजाब चो एक नवा सूबा निकलिया जेड़ा इंटरनेशनल कानून है। मैं चंगी तरह पंजाबी वीरां नूं ते मान साहब नूं दसना चाहुंदा, इंटरनेशनल कानून यह है कि जिस सूबे दे विचों नदियां वगदियां होण कल्ला उहदा राइट हुंदा, उहदी बेसन दे विच जिहड़ा पानी आंदा है कल्ला उसे दा राइट हुंदा, रायपेरियन राइट्स इहनूं कहा जांदा, रायपेरियन प्रिंसिपल्स इहनूं कहा जांदा। इंटरनेशनल कानून जिहड़े ने हेलसिंकी विच बणे
लेटली जेडे बर्लिन दे विच भी बने ने उहदे विच भी बकायदा तौर यह गल कही है कि जिन्ना चिर बेसन का पानी पूरा नहीं हो जाता बेसन स्टेज उन्ना चिर किसी होर नूं पानी नहीं दिता जा सकता। मैं पूछना चाहना मान साहब तीसरे नंबर से तुहाडे वकील ने उत्थे गल कही जदों ऑनरेबल सुप्रीम कोर्ट के जजेज ने पूछा कि कई साल पहले जमीन अक्वायर हुई सी सतलुज यमुना लिंक कनाल कढ़ने वास्ते ते सतलुज यमुना लिंक कनाल भी बनिया दसो उहदी इस टाइम पोजिशन की है। तुहाडे वकील ने गल कही सी कि 2016 दे विच जमीन डी नोटिफाई कर दिती गई सी किसानां दे नां रेवन्यू महकमे ने फिर तो उन्हां दे नां ते जमीन वापस कर दिती है। सानू नवे सिरों इहनू अक्वायर करना पएगा ते नवे सिरों अक्वायर करन च सानू मुश्किल आ रही है क्योंकि ओपोजिशन पार्टियां जिहड़ियां ने ते किसान जिहड़े ने ओह नवे सिरों ये जमीन नू अक्वायर करन दे विच मदद नहीं करनगे रस्ते दे विच बिल्कुल डट के खड़े ने। तुहाडा इशारा यह सी कि जे जमीन अक्वायर हो जाए असी कनाल बनाने नू तैयार असी पानी देने नू तैयार। उस तो बाद ताड़ा मनसूबा नंबर टू तुसी 964 नंबर मिनिस्टर हाउसेज 39 सैक्टर जिथे पंजाब दे मंत्री रहिंदे 964 नंबर कोठी जिहड़ी तुहाडे इक एमएलए दे नां है ओह तुसी आप वाले हरियाणी की वकालत करन वास्ते कोठी पक्के तौर अलॉट कर दित्ती है। उत्थे प्रेस कॉन्फ्रेंस होंदी है सीनियर वाइस प्रेसिडेंट जिहड़े ने हरियाणा दे आप दे अशोक तंवर साथियों नाल प्रेस कॉन्फ्रेंस करदे अज तो 20 दिन पहले प्रेस कॉन्फ्रेंस मंग करदे ने कि असी पंजाब दा पानी लैके हरियाणे नूं पहुंचाना ही पहुंचाना भावें कुछ हो जाए। एक घंटे बाद 965 नंबर कोठी चो बिल्कुल नाल दी कोठी चो जिहदे च निरी एक कंध दा फर्क है हरपाल सिंह चीमा फाइनेंस मिनिस्टर एक घंटे बाद 1 बजे ये गल कहिंदे कि साडे कोल तुपका पानी दे है नहीं। आम कहावत है कि जे चोर ते कुत्ती रल जाण ते फिर रब ही रख। जो तुसी अज ये ड्रामा रचा रहे हो उहदे विच SYL दा कितें नामो निशान ही नहीं साडे बरगाड़ी ते बहबल कलां दा कितें चर्चा ही है नहीं। इस तों गां तीसरी गल तुहाडा MP संदीप पाठक जिहड़ा पंजाब चों तुसीं चुण के घल्लिया जिहड़ा जिन्ना भी अज ये ड्रामा लुधियाणे च हो रहा इहदा मेन आइडिया जिहड़ा है वह संदीप पाठक दा वह पंजाब विच नहीं वह करनाल विच जांदा आपदी लीडरशिप नूं हरियाणे दी नूं नाल लैंदा ते यह गल कहिंदा कि असीं हरियाणे दा हिस्सा दवा के रहांगे। मैं असैम्बली विच वी तुहानूं कहा सी मान साहब बहस का असल फोरम विधानसभा है ते जे बहस बाहर करवानी है फिर सांझी जगह होनी चाहिए पुलिस की कंटोनमेंट च बहसा नहीं हो सकती ना एजेंडा दिता ना किसी नूं सद्दा दिता ना इन्हां पॉइंट्स के उत्ते जिहड़े सारे नूं अहम ने पंजाब वासी उहदी कोई चर्चा कीती। हरियाणा सारा इकट्ठा हो गया तुसी पंजाब दीआं सियासी जमातां नाल ते पंजाब दे नाल जिहड़े पंजाब दी कोई गल करन वाले उहनां दे घरां दे विच कल दे पुलिस दे छापे शुरू हो गए। प्रेस वालिआं दे बकायदा तौर बयान है कि असीं अपनी KG मीडिया ही अंदर लै के जावांगे ते मैं पंजाबी वासियां नूं इह वी दसणा चाहुंदा मेरे वीरो इस हफ्ते दे विच 1 तरीक तों 7 तरीक तक 30 करोड़ रुपया जिहड़ा मैनूं उच्च अधिकारी जिहड़े ने पंजाब सरकार दे उन्होंने मैनूं सलाह दित्ती कि बाजवा साहब 30 करोड़ रुपया ईयर मार्क किया गया हिंदुस्तान दे सारे नैशनल टेलीविजन चैनल्स दे विच जिन्ने हिंदुस्तान दे ते पंजाब दे पेपर्स ने 7 दिन लगातार जबरदस्त अभियान जिहड़ा अखबारां दे जरिए ओपोजिशन नूं माड़ा चंगा कहन दे तू तू मैं करन दे जिहदे विचों पंजाब दा कोई सौरना नहीं साडे आने वाले भविख नूं होर धुंधला करन दे विच जिहड़ा है भगवंत मान रोल अदा कर। मैनूं उह गल याद आई कई हज़ार साल पहला रोम दे विच भगवंत मान वर्गा एक रूलर सी जिहदा नां सी एम्परर नीरो नूं कहा जांदा सी। उदों जिस किस्म दे हालात अज पंजाब दे
उस किस्म के हालात बने, रोम चल रहा सी, ते नीरो बांसरी बजा रहा। अज पंजाब डुब रहा है, ते महाराजा सतौज स्टेज दे उत्ते अपनियां खरमस्तियां, अपना जेड़ा जिस किस्म का संचालन करता है, अज उत्थे थेरेटिक्स जेड़े ने सारी दुनिया सामने पेश करना चाहता। भगवंत मान जी, इतिहास तुहानू कदी माफ नहीं करेगा। एक गल चंगी तरह नोट कर लियो, किसी टाइम किसी ने बिल्कुल सच किया सी कि बर्बादे गुलिस्तां करने को एक ही उल्लू काफी है, हर शाख पे उल्लू बैठा है, अंजामे गुलिस्तां क्या होगा। वो कहिंदे एक चंगे भले बाग नूं जाण वास्ते एक ही उल्लू काफी हुंदा, बट बदकिस्मती दे नाल अज पंजाब दे बाग दे हर दरख्त ते हर टहिणे ते एक एक उल्लू बैठा है। पंजाब दे उस बाग दा की बणेगा? ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ, ਇਹ ਆਸ ਕਰੇਗੀ ਭਗਵੰਤ ਮਾਨ ਅਜੇ ਵੀ ਉਹ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰ, ਥੋੜ੍ਹਾ ਜਿਹਾ ਸਿਆਣਪ ਤੋਂ ਕੰਮ ਲੈ, ਸਾਰੀਆਂ ਪੋਲੀਟੀਕਲ ਜਮਾਤਾਂ ਨੂੰ ਪੰਜਾਬੀਆਂ ਨੂੰ ਇੱਕ ਕਰ, ਪੰਜਾਬ ਦਾ ਇੱਕ ਟੁਪਕਾ ਪਾਣੀ ਦਾ ਅਸੀਂ ਜਾਣ ਨਹੀਂ ਦੇ। ਮੈਂ ਇਸ ਮੌਕੇ ਤੇ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਚਾਹੁੰਦਾ, ਅੱਜ ਭਗਵੰਤ ਮਾਨ ਜੀ जिस स्टेज उत्ते तुसी अपना ये थेरेटिक्स करने ने, जिथे ड्रामा महा ड्रामा तुसी रचाया है, उत्थे ये भी दसो कि जदों सेंटर दी टीम आ गई सर्वे दी, असी ते अगे हो के गोलियां खान नूं तैयार आ। मैं जिथे खड़ा आ एस वाई एल कीरतपुर तो पानी बंद किया, कीरतपुर साहब आ एस वाई एल दे असी कंडियां ते खलोते हैं कि जदों सर्वे दी टीम आएगी कि भगवंत मान ਇਹਦੀ ਸਮੁੱਚੀ ਕੈਬਨਿਟ ਤੇ ਇਹਦੇ 92 MLA ਜਿਹੜੇ ਕੀ ਸਾਡੇ ਨਾਲ ਉੱਥੇ ਗੋਲੀਆਂ ਖਾਣ ਨੂੰ ਤਿਆਰ ਹੋਣਗੇ? ਕੀ ਫਿਜ਼ੀਕਲੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਰਵੇ ਟੀਮ ਹੈ, ਜਿਹੜੀ ਇੱਕ ਵਾਰ ਫਿਰ ਸਰਵੇ ਕਰਕੇ ਸਾਡੀਆਂ ਜ਼ਮੀਨਾਂ ਕਿਸਾਨਾਂ ਦੀਆਂ ਖੋਹ ਕੇ ਸਾਡੀ ਛਾਤੀ ਨੂੰ ਚੀਰ ਕੇ ਐਸ ਵਾਈ ਐਲ ਕੱਢ ਕੇ ਅਤੇ ਪਾਣੀ ਖੜਨਾ ਚਾਹੁੰਦੀਆਂ ਨੇ, ਕੀ ਤੁਸੀਂ ਸਾਥ ਦਿਓਗੇ? ਅੱਜ ਇਹ ਗੱਲ ਜਿਹੜੀ ਹੈ ਸਾਫ਼ ਤੌਰ ਸਮਝਾਓ ਉੱਥੇ ਕੀ, ਬਾਕੀ ਤੁਸੀਂ ਜੋ ਮਰਜ਼ੀ ਕਰਦੇ ਰਹੋ, ਜੋ ਮਰਜ਼ੀ ਸਮਝਾਉਂਦੇ ਰਹੋ। ਸਾਰਿਆਂ ਨੂੰ ਵੱਡਾ ਮਸਲਾ ਅੱਜ ਪਾਣੀ ਦਾ ਮਸਲਾ ਹੈ, ਅਤੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਤੁਸੀਂ ਜੱਜ ਵੀ ਆਪ, ਜਿਊਰੀ ਵੀ ਤੁਹਾਡੀ, ਐਗਜੀਕਿਊਸ਼ਨਰ ਵੀ ਤੁਸੀਂ, ਕੈਮਰੇ ਵੀ ਤੁਹਾਡੇ, ਮੋਡੀਏਟਰ ਵੀ ਤੁਹਾਡਾ, ਕਰਾਊਡ ਵੀ ਤੁਹਾਡਾ, ਮੇਨ ਐਕਟਰ ਵੀ ਤੁਸੀਂ, ਤੌੜੀਆਂ ਵੀ ਤੁਹਾਡੀਆਂ, ਤਾਂ ਤੁਸੀਂ ਪੰਜਾਬ ਨੂੰ ਕੀ ਜਸਟਿਸ ਦਵਾ ਸਕਦੇ ਹੋ? ਕੀ ਤੁਹਾਡੇ ਵਰਗਾ ਵਕੀਲ ਜਿਹੜਾ ਆਲਰੇਡੀ ਬਗਾਨੀ ਜਮਾਤਾਂ ਨਾਲ ਰਲ ਗਿਆ ਹੋਏ, ਪੰਜਾਬ ਦੇ ਇੰਟਰਸਟ ਉਹਦੇ ਹੱਥ 'ਚ ਸੇਫ ਹੋ ਸਕਦੇ ਨੇ? ਸਮੁੱਚੇ ਪੰਜਾਬੀ ਜਗਤ ਨੂੰ, ਜਿੱਥੇ ਜਿੱਥੇ ਪੰਜਾਬੀ ਦੁਨੀਆ ਭਰ 'ਚ ਬੈਠਾ, ਪੰਜਾਬ 'ਚ ਬੈਠਾ, ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ 'ਚ ਬੈਠਾ, ਦੁਨੀਆ ਭਰ 'ਚ ਬੈਠਾ, ਆਓ ਮੈਂ ਤੁਹਾਨੂੰ ਬੇਨਤੀ ਕਰਨਾ, ਇਕੱਠੇ ਹੋ, ਜਿੰਨਾ ਚਿਰ ਭਗਵੰਤ ਮਾਨ ਅਤੇ ਆਪ ਦੀ ਸਰਕਾਰ ਹੈ, ਪੰਜਾਬ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਹਨਾਂ ਲੋਕਾਂ ਦੇ ਹੱਥ 'ਚ ਪੰਜਾਬ ਸੁਰੱਖਿਅਤ ਨਹੀਂ ਹੈ, ਸਾਨੂੰ ਇਕੱਠਿਆਂ ਹੋ ਕੇ ਹਮਲਾ ਮਾਰਨਾ ਪਏਗਾ। ਜਿਸ ਤਰ੍ਹਾਂ ਅਸੀਂ ਕਾਲੇ ਕਾਨੂੰਨ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਨੇ ਅਡਾਨੀਆਂ ਅਤੇ ਅੰਬਾਨੀਆਂ ਨੂੰ ਪੰਜਾਬ ਦੀ ਜ਼ਮੀਨ ਜਿਹੜੀ ਰੰਗਲੀ ਜ਼ਮੀਨ ਦੇ ਕੇ ਕੰਗਲਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਅਸੀਂ ਇਕੱਠੇ ਹੋ ਕੇ ਲੜੇ ਸੀ। ਉਹ ਜਿਸ ਤਰ੍ਹਾਂ ਕਹਿੰਦੇ ਚੀਰ ਦਿੰਦੇ ਨੇ ਪਹਾੜ, ਹੁੰਦਾ ਜਿਨ੍ਹਾਂ ਨੂੰ ਜਿਨ੍ਹਾਂ, ਸਾਰੇ ਤਗੜੇ ਹੋਵੋ, ਇਕੱਠੇ ਹੋਵੋ। ਇਹ ਆਦਮੀ ਆਪਣਾ ਸਾਰਾ ਕੁਝ ਆਪ ਦੇ ਅਤੇ ਆਪ ਦੀ ਸੈਂਟਰ ਲੀਡਰਸ਼ਿਪ ਦੇ ਹੱਥੀਂ ਵੇਚ ਬੈਠਾ ਹੈ। ਪੰਜਾਬ ਇਹਦੇ ਹੱਥ ਸੁਰੱਖਿਅਤ ਨਹੀਂ, ਸਾਨੂੰ ਇਕੱਠੇ ਹੋ ਕੇ ਰਣਨੀਤੀ ਬਣਾਉਣੀ ਪਏਗੀ। ਮੈਂ ਸਮੁੱਚੇ ਪੰਜਾਬ ਦੀ ਸਾਰੀ ਸਿਆਸੀ ਜਮਾਤਾਂ, ਸਾਰੇ ਇੰਟਲੈਕਚੁਅਲਸ, ਸਾਰੇ ਪੰਜਾਬ ਦੀ ਨੌਜਵਾਨੀ ਨੂੰ ਇਹ ਬੇਨਤੀ ਕਰਾਂਗਾ, ਇਕੱਠੇ ਹੋਈਏ, ਅੱਜ ਪੰਜਾਬ ਨੂੰ ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੋੜ ਹੈ। ਪੰਜਾਬ ਦਾ ਪਾਣੀ 'ਚ ਅੱਗੇ ਹੀ ਤੁਸੀਂ ਵੇਖੋ, ਆ ਸੱਜੇ ਹੱਥ 'ਚ ਕਿਤੇ ਧਿਆਨ ਮਾਰੋ, ਇਹ ਆਲਰੇਡੀ ਹੀ ਬਾਹਰਲੇ ਸੂਬਿਆਂ ਨੂੰ ਜਾਂਦਾ ਹੈ। ਜਿੰਨਾ ਸਾਡੇ ਕੋਲ ਪਾਣੀ ਸੀ ਉਸ ਤੋਂ ਵੱਧ ਆਲਰੇਡੀ ਇਹ ਜਾ ਰਿਹਾ, ਸਾਡੇ ਖੁੰਡ ਨਿਰਾਹ ਹੀ ਰਹੇ। ਆਉਂਦੇ ਟਾਈਮ ਦੇ ਵਿੱਚ ਮੈਂ ਵਿਸ਼ੇਸ਼ ਤੌਰ ਮਾਲਵੇ ਦੇ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ, ਜੇ ਇਹਦੇ 'ਚ ਪਾਣੀ ਵੱਗ ਗਿਆ ਤਾਂ ਮਾਲਵਾ ਸਾਰੇ ਦਾ ਸਾਰਾ ਆਉਂਦੇ ਟਾਈਮ ਦੇ ਵਿੱਚ ਫਿੱਕਾ ਦਾ ਤਾਰ ਸਾਰੀਆਂ ਜ਼ਮੀਨਾਂ ਬੰਜਰ ਹੋ ਜਾਣ। ਸਾਨੂੰ ਇਕੱਠੀ ਹੋਣ ਦੀ ਲੋੜ, ਅਸੀਂ ਇੱਕ ਚੀਜ਼ ਵੇਖ ਲਈ ਹੈ ਕਿ ਭਗਵੰਤ ਮਾਨ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਸੇਫ ਗਾਰਡ ਨਹੀਂ ਕਰ ਸਕਦਾ।
इनू जिहड़ी जिहड़ी चीज वास्ते इन इहदी एक्सपर्टीज ऐसी है कल्ला उही कम कर सकदा है। आओ इकट्ठे होइए, आ जिहड़ा अज दा पर्पस है, इस आदमी ने करोड़ां रुपए पंजाब दे खजाने चो 30 करोड़ रुपया पंजाब दी टैक्स पेयर दा हुणे फिर उजाड़ रहा, हवा विच अग ला के नोटां नूं सुट रहा। पंजाब दा माली हालत ते कोई चर्चा नहीं, पंजाब दी लॉ एंड ऑर्डर ते कोई चर्चा नहीं, बरगाड़ी बहबल कलां ते कोई चर्चा नहीं, पंजाब दे पाणियां नूं बचाना किसा इहदे ते कोई चर्चा नहीं, ते चर्चा भगवंत मान दी कहड़े काम ते रखी। तो ड्रामा अपना बंद करो, छेती होश च आओ, नहीं जो होश च ना आए तो पंजाबी तुहानूं होश च लैके आणगे। इन्ना ही कहिंदा होया मैं इजाजत देवांगा, वाहिगुरू जी।